ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੇ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਨਾ ਪਰਿਆਰੇ ਤਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੇ ਕੱਟੇ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬੈਠਿਆਂ ਸੋਹਿਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਹਰ ਸੰਗ ਸਹਾਈ ਪਾਇਆ
जह जाय तहां सुहिले, कर कृपा प्रभ मिले, हर गुण गाऊ सदा सुपाई, मन चिंदे सगले फल पाव हो, जी के संग सहाय पुनीत कर लेने, कर कृपा हर जस देने, पार ब्रह्म करे प्रतपाला, सद जी संग रखवाला, हर दिन रहन कीर्तन गाइए, बहुड़ ना जोनी पाइए, जिस देव पुरख विधाता, हर रस तिन्हे जाता, जम कंकर नेड़ न आया, सुख नानक सरने पाया। जम कंकर नेड़ न आया, सुख नानक सरनी पाया। वाहे गुरु जी का खालसा, वाहे गुरु जी की फतेह। जुगो जुग अटल दसों पातशाह की आत्म स्वरूप, जागदी जोत जहारा जोत, सर्व कला भरपूर, हलत पलत की राखे, धन धन सतगुरु साहिब श्री गुरु ग्रंथ साहिब महाराज सच्चे पातशाह जी, उन्हां दी पवित्र हजूरी दे अंदर अमृत वेला सत नौ वडियाई विचार, अमृत वेले दे समय दे अंदर अपने जीवन दिया कुछ अमोलक घड़िया नूं गुरदेव दे पवित्र चरणा दे विच बिता करके सफल करदी हुई गुरु की वडियाई हुई गुरु गुरु सत संगत जी, अज अमृत वेले
ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਣ ਦੁਨੀ ਦੇ ਮਾਲ ਜਿਨ੍ਹਾਂ ਨੇ ਅਪਾਰ ਦਇਆ ਅਤੇ ਮਹਿਰਾਮਤ ਦੇ ਸਦਕਾ ਪ੍ਰਕਾਸ਼ਵਾਨ ਹੋ ਕੇ ਜੋ ਅੱਜ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ ਉਹ ਸੋਰ ਟਰਾਕ ਦੇ ਅੰਦਰ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭਾਏਮਾਨ ਪੰਨਾ 623 ਅਤੇ 24 'ਤੇ ਦਰਜ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸੋਝੀ ਬਖਸ਼ਦੇ ਨੇ। ਹਰ ਇੱਕ ਜੀਵ ਦੀ ਇੱਛਾ ਹੁੰਦੀ ਹੈ ਕਿ ਮੇਰਾ ਜੀਵਨ ਸਫਲ ਹੋਵੇ, ਮੇਰਾ ਜੀਵਨ ਸੁਖੀ ਹੋਵੇ, ਮੈਂ ਸਦਾ ਆਨੰਦਿਤ ਰਹਾਂ ਅਤੇ ਮੈਂ ਜੋ ਵੀ ਆਪਣੇ ਮਨ ਦੇ ਵਿੱਚ ਧਾਰਨ ਕਰਾਂ ਉਹ ਫਲਾਂ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਜੇ ਉਹ ਫਲ ਪ੍ਰਾਪਤ ਕਰਨੇ ਨੇ, ਗੁਰਦੇਵ ਕਹਿੰਦੇ ਨੇ, ਫਿਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਗਾਇਨ ਕਰ, ਉਹਨਾਂ ਨੂੰ ਸਦਾ ਹੀ ਗਾ, ਕੁਝ ਦਿਨ ਗਾ ਕੇ ਛੱਡਣੇ ਨਹੀਂ। ਜਿਸ ਤਰ੍ਹਾਂ ਗੁਰਦੇਵ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ ਕਿ ਜਪ ਮਨ ਸਤਨਾਮ ਸਦਾ ਸਤਨਾਮ। ਕਹਿੰਦੇ ਤੂੰ ਮਨ ਕਰਕੇ ਜਪੀ, ਸਦਾ ਹੀ ਜਪੀ। ਮਹਾਰਾਜ ਜੀ ਕਹਿੰਦੇ ਨੇ ਜੇ ਤੂੰ ਸਦਾ ਹੀ ਜਪੇਗਾ, ਹਲਤ ਪਲਤ ਮੁਖ ਉਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ, ਤੇਰਾ ਲੋਕ ਅਤੇ ਪ੍ਰਲੋਕ ਸੁਖੀ ਸੱਚੇ ਪਾਤਸ਼ਾਹ ਆਪ ਬਣਾ ਦੇਣਗੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਪਾਤਸ਼ਾਹ ਬਖਸ਼ ਕਰਦੇ ਨੇ। ਸੋਰਠ ਮਹੱਲਾ ਪੰਜਵਾ, ਸੋਰਠ ਰਾਗ ਦੇ ਅੰਦਰ ਅੰਕਿਤ ਮਹਾਰਾਜ ਸੱਚੇ ਪਾਤਸ਼ਾਹ ਇਹ ਪਵਿੱਤਰ ਸ਼ਬਦ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਗੁਰ ਪੂਰੇ ਚਰਨੀ ਲਾਇਆ, ਪੂਰੇ ਗੁਰੂ ਨੇ ਜਦੋਂ ਚਰਨਾਂ ਦੇ ਨਾਲ ਜੋੜ ਲਿਆ। ਇੱਥੇ ਗੁਰਦੇਵ ਸੱਚੇ ਪਾਤਸ਼ਾਹ ਨੇ ਗੁਰਪੂਰੇ ਦੀ ਬਾਤ ਕੀਤੀ ਹੈ। ਜੇ ਪੂਰੇ ਦੀ ਗੁਰੂ ਦੀ ਬਾਤ ਕੀਤੀ ਹੈ ਤੇ ਅਧੂਰੇ ਗੁਰੂ ਵੀ ਹੋਣਗੇ। ਜਦੋਂ ਅਸੀਂ ਪੁਰਾਤਨ ਸ਼ਾਸਤਰਾਂ ਵੇਦਾਂ ਇਤ ਆਦਿਕ ਅਧਿਐਨ ਕਰਦੇ ਹਾਂ ਤਾਂ ਉਹਨਾਂ ਦੇ ਅੰਦਰ ਗੁਰੂਆਂ ਦੀ ਵੀ ਕਿਸਮਾਂ ਬੜੀਆਂ ਲਿਖੀਆਂ, ਪਰ ਪ੍ਰਮੁੱਖ ਤੌਰ ਤੇ ਉਹਨਾਂ ਦੇ ਅੰਦਰ ਚਾਰ ਕਿਸਮ ਦੇ ਗੁਰੂ ਮੰਨੇ ਗਏ ਨੇ। ਪਹਿਲੇ ਗੁਰੂ ਭਿਰੰਗੇ ਗੁਰੂ, ਦੂਜੇ ਗੁਰੂ ਚੰਦਨ ਗੁਰੂ, ਤੀਜੇ ਪਾਰਸ ਗੁਰੂ ਤੇ ਚੌਥੇ ਦੀਪਕ ਗੁਰੂ। ਸ਼ਬਦ ਗੁਰੂ ਜਿਹੜਾ ਹੈ, ਗਹਿਰ ਗੰਭੀਰਾ ਜਿਹੜਾ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀਪਕ ਗੁਰੂ ਨੇ ਜਿਸ ਇੱਕ ਦੀਪਕ ਤੋਂ ਦੂਜੇ ਦੀਪਕ ਨੂੰ ਜਿਤਨੇ ਮਰਜ਼ੀ ਦੀਪਕ ਜਗਾ ਸਕਦੇ। ਤੋ ਉਹ ਪੂਰੇ ਗੁਰੂ ਦੀ ਬਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਰਦੇ ਨੇ। ਕਹਿੰਦੇ ਪੂਰੇ ਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਜਦੋਂ ਚਰਨਾਂ ਦੇ ਨਾਲ ਜੁੜ ਗਿਆ ਉਸ ਪਰਮੇਸ਼ਵਰ ਜੀ ਦੇ ਨਾਲ, ਫਿਰ ਕੀ ਹੋਇਆ?
ਹਰ ਸੰਗ ਸਹਾਈ ਪਾਇਆ। ਫਿਰ ਉਹ ਪਰਮੇਸ਼ਵਰ ਸਹਾਈ ਯਾਨੀ ਮਦਦਗਾਰ ਸਹਾਇਤਾ ਕਰਨ ਵਾਲਾ ਪਾਇਆ, ਉਹ ਪਰਮੇਸ਼ਵਰ ਪਾਇਆ ਪਾ ਲਿਆ ਜਿਹੜਾ ਸਦਾ ਹੀ ਮਦਦ ਕਰਦਾ ਹੈ। ਹੋਰ ਸੰਸਾਰ ਦੇ ਅੰਦਰ ਇਨਸਾਨ ਬੜੇ ਮਦਦਗਾਰ ਬੜੀ ਸਹਾਇਤਾ ਭਾਲਦਾ, ਲੋਕਾਂ ਦੁਨੀ ਤੋਂ ਸਹਾਇਤਾ ਭਾਲਦਾ ਹੈ, ਪਰ ਉਸ ਦੀਨ ਤੋਂ ਨਹੀਂ ਭਾਲਦਾ, ਉਸ ਪਰਮੇਸ਼ਵਰ ਤੋਂ ਨਹੀਂ ਭਾਲਦਾ ਜਿਹੜਾ ਸਹਾਇਤਾ ਕਰਨ ਵਾਲਾ। ਇੱਕ ਕਵੀ ਨੇ ਬੜੇ ਸੁੰਦਰ ਬਚਨ ਕੀਤੇ ਨੇ, ਉਹ ਕਹਿੰਦਾ ਕਾਹੂ ਕੋ ਭਰੋਸੋ, ਕਾਹੂ ਕੋ ਭਰੋਸੋ ਹੈ ਜ਼ਮੀਨ ਉਹ ਜ਼ਮਾਨੇ ਵੀ, ਕਾਹੂ ਕੋ ਭਰੋਸੋ ਭਾਰੀ ਚਾਕਰੀ ਜਹਾਜ਼ ਪਰ, ਕਾਹੂ ਕੋ ਭਰੋਸੋ ਭਾਰੀ ਸਾਹ ਪਾਤ ਸਾਹ ਮੀਤ। ਕਹਿੰਦੇ ਕਿਸੇ ਨੂੰ ਭਰੋਸਾ ਹੈ ਕਿ ਸਾਹ ਤੇ ਪਾਤਸ਼ਾਹ ਮੇਰਾ ਮਿੱਤਰ ਬਣ ਜਾਵੇ। ਕਾਹੂ ਕੋ ਭਰੋਸੋ ਭਾਰੀ ਸਾਹ ਪਾਤ ਸਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਹੈ। ਕਹਿੰਦੇ ਕਿਸੇ ਨੂੰ ਇਹ ਵਿਸ਼ਵਾਸ ਹੈ ਕਿ ਮੇਰਾ ਕੁਟੰਬ ਮੇਰੀ ਸਹਾਇਤਾ ਕਰੇ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰ ਸੀ ਪੈ, ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਿਜਾਜ ਪੈ, ਕਾਹੂ ਕੋ ਭਰੋਸੋ ਚੋਰੂ ਚਾਤਰੀ ਚਲਾਕੀ ਚੋ, ਮੁੱਖ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ। ਬਸ ਇੱਕ ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਉਹ ਸਭਨਾਂ ਦੀ ਸਹਾਇਤਾ ਕਰ ਸਕਦਾ, ਉਹ ਮਦਦਗਾਰ ਸਭਨਾਂ ਦਾ ਕਰ ਸਕਦਾ। ਕੋਈ ਤੁਹਾਡਾ ਸੱਜਣ ਹੋਵੇਗਾ ਦੂਜੇ ਦਾ ਦੁਸ਼ਮਣੀ ਹੋਵੇਗਾ, ਉਹ ਤੁਹਾਡੀ ਸਹਾਇਤਾ ਥੋੜ੍ਹੀ ਬਹੁਤ ਕਰ ਸਕਦਾ ਹੈ, ਪਰ ਉਹ ਸਾਰਿਆਂ ਦੀ ਨਹੀਂ ਕਰੇਗਾ। ਪਰ ਜੋ ਸਭਨਾਂ ਦਾ ਮਦਦਗਾਰ ਹੈ, ਸਭਨਾਂ ਦੀ ਸਹਾਇਤਾ ਕਰਨ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਹੈ। ਅਤੇ ਅੱਗੇ ਕਹਿੰਦੇ ਨੇ ਹਰ ਸੰਗ ਸਹਾਈ ਪਾਇਆ, ਪਾਇਆ ਪਾਇਆ ਬੜਾ ਡੂੰਘਾ ਬਚਨ ਹੈ ਮਹਾਰਾਜ ਜੀ ਦਾ, ਕਹਿਣ ਨੂੰ ਤਾਂ ਆਪਾਂ ਵੀ ਕਹਿ ਦਿੰਦੇ ਪਾਇਆ, ਪਰ ਬੜਾ ਔਖਾ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਬੜੇ ਸੁੰਦਰ ਬਚਨ ਕਰਦੇ ਨੇ, ਕਹਿੰਦੇ ਗੱਲਾਂ ਨਾਲ ਨੇ, ਕਹਿਣ ਨਾਲ ਉਹ ਪਰਮੇਸ਼ੁਰ ਪਾਇਆ ਨਹੀਂ ਜਾਂਦਾ। ਉਹ ਕਹਿੰਦੇ ਖੰਡ ਖੰਡ ਕਹੇ ਤੇ ਨਾ ਜੀਭੋ ਸਵਾਦ ਮਿੱਠੋ ਆਵੇ, ਖੰਡ ਖੰਡ ਕਹਿਣ ਦੇ ਨਾਲ ਜੀਭਾ ਜਿਹੜੀ ਹੈ ਉਹ ਸਵਾਦ ਉਸਦਾ ਆਨੰਦ ਉਸਦੀ ਮਿਠਾਸ ਦਾ ਪਤਾ ਨਹੀਂ ਲੱਗੇ। ਖੰਡ ਖੰਡ ਕਹੇ ਤੇ ਨਾ ਜੀਭੋ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਤੇ ਨਾ ਸੀਤ ਕੋ ਵਿਲਾਸ, ਅੱਗ ਅੱਗ ਕਹਿਣ ਦੇ ਨਾਲ ਠੰਡ ਦੂਰ ਹੋਣ ਵਾਲੀ ਨਹੀਂ। ਤੇ ਅੱਗੇ ਫੁਰਮਾਨ ਕਰਦੇ ਨੇ ਚੰਦਨ ਚੰਦਨ ਕਹੇ ਤੇ ਨਾ ਪ੍ਰਗਟੈ ਸੁਭਾਸ ਵਾਸ, ਚੰਦ ਚੰਦ ਕਹੇ ਨਾ ਉਜਿਆਰੋ ਪ੍ਰਗਾਸ ਹੈ, ਬੈਦ ਬੈਦ ਕਹੇ ਤੇ ਨਾ ਮਿਟੇ ਰੋਗ ਕਾਹੂ ਕੋ, ਦਰਬ ਦਰਬ ਕਹੇ ਤੇ ਨਾ ਦਰਬ ਹੈ ਵਿਲਾਸ ਹੈ। ਹੁਣ ਧਨ ਦੀ ਬਾਤਾਂ ਕਰੀ ਜਾਓ ਕਿ ਧਨ ਮੈਨੂੰ ਮਿਲ ਜਾਵੇ, ਇੱਛਾ ਤਾਂ ਹਰ ਇੱਕ ਜੀਵ ਰੱਖਦਾ ਹੈ, ਪਰ ਕੁਝ ਉਦਮ ਕਰੇਗਾ ਤਾਂ ਹੀ ਉਹ ਧਨ ਜਦੋਂ ਤੇਰੇ ਅਕਾਊਂਟ ਦੇ ਵਿੱਚ ਆ ਜਾਵੇਗਾ ਤਾਂ ਹੀ ਤੇਰੇ ਕੋਲ ਪਾਇਆ ਜਾਏਗਾ। ਅਤੇ ਉਹ ਪਰਮੇਸ਼ੁਰ ਅਕਾਲ ਪੁਰਖ ਹਰ ਸੰਗ ਸਾਈ, ਉਹ ਪਰਮੇਸ਼ਵਰ ਜੀ ਜਿਸ ਨੂੰ ਪਾਉਣ ਦੀ ਬਾਤ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸੰਗ ਸਹਾਈ ਸਦਾ ਸੰਗ ਸਦਾ ਅੰਗ ਸੰਗੇ ਅਭੰਗਮ ਭੂਤੇ ਗੁਰਦੇਵ ਦੇ ਪਵਿੱਤਰ ਬਚਨ, ਦੁਕਾਲਨ ਪਰਨਾਸੀ ਦਿਆਲਨ ਸਰੂਪੇ
ਸਦਾ ਅੰਗ ਸੰਗੇ ਅਪੰਗੰਗ ਵੀ ਭੂਤੇ। ਉਹ ਪਰਮੇਸ਼ੁਰ ਹੈ ਤੇ ਸਦਾ ਅੰਗ ਸੰਗ, ਪਰ ਇਸ ਨੇ ਪਾਇਆ ਨਹੀਂ। ਜੇ ਪਾ ਲਿਆ ਫਿਰ ਮਤ ਕਾ, ਫਿਰ ਸਹਿਤ ਤਾਂ ਕਰੇਗਾ ਪਰਮੇਸ਼ੁਰ ਤੇ। ਉਹ ਪਰਮੇਸ਼ਵਰ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਚਰਨਾਂ ਦੇ ਨਾਲ ਜੁੜ ਗਿਆ, ਫਿਰ ਹਰ ਸੰਗ ਸਹਾਈ ਪਾਇਆ। ਉਹ ਪਰਮੇਸ਼ਵਰ ਜਿਹੜਾ ਮਦਦ ਕਰਨ ਵਾਲਾ ਹੈ, ਸਭ ਦੀ ਸਹਾਇਤਾ ਕਰਦਾ ਹੈ, ਕਹਿੰਦੇ ਫਿਰ ਉਹ ਪਰਮੇਸ਼ਵਰ ਦੀ ਪਾ ਲਿਆ। ਅੱਗੇ ਗੁਰਦੇਵ ਪਵਿੱਤਰ ਬਚਨ ਕਰਦੇ ਨੇ, ਜੈ ਜਾਈਏ ਤਹਾਂ ਸੁਹੇਲੇ। ਜੇ ਉਹ ਪਰਮੇਸ਼ਵਰ ਪਾ ਲਿਆ, ਫਿਰ ਚਾਹੇ ਘਰ ਦੇ ਵਿੱਚ ਹੋਵੇ, ਚਾਹੇ ਬਾਹਰ ਹੋਵੇ, ਚਾਹੇ ਦੇਸ਼ ਦੇ ਅੰਦਰ ਹੋਵੇ, ਚਾਹੇ ਵਿਦੇਸ਼ ਦੇ ਅੰਦਰ ਹੋਵੇ, ਫਿਰ ਉਹ ਪਰਮੇਸ਼ਵਰ ਫਿਰ ਜਿੱਥੇ ਵੀ ਜਾਏਗਾ ਸੁਹੇਲੇ ਕਹਿੰਦੇ ਨੇ ਸੁਖੀ ਨੂੰ, ਫਿਰ ਤੇਰਾ ਜੀਵਨ ਜਿਹੜਾ ਉੱਥੇ ਸੁਖੀ ਬਤੀਤ ਹੋਵੇਗਾ ਜਿੱਥੇ ਵੀ ਜਾਏ। ਪਵਿੱਤਰ ਬਚਨ ਬਾਣੀ ਦੇ ਆਪਾਂ ਪੜ੍ਹਦੇ ਹਾਂ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ। ਪਰਮੇਸ਼ਵਰ ਜੀ ਤੂੰ ਸਦਾ ਹੀ ਸੰਗ। ਜਦ ਉਹਦੇ ਚਰਨਾਂ ਦੇ ਨਾਲ ਜੁੜਿਆ, ਉਹ ਪਰਮੇਸ਼ਵਰ ਪਾ ਲਿਆ, ਫਿਰ ਉਹ ਅਕਾਲ ਪੁਰਖ ਜਦੋਂ ਪਾਇਆ ਗਿਆ, ਫਿਰ ਉਹ ਜਿੱਥੇ ਵੀ ਤੂੰ ਜਾਵੇਗਾ ਉੱਥੇ ਤੇਰਾ ਜੀਵਨ ਜਿਹੜਾ ਹੈ ਉਹ ਸੁਖੀ ਹੋ ਜਾਵੇਗਾ, ਸੁਹੇਲਾ ਹੋ ਜਾਵੇਗਾ, ਆਨੰਦਿਤ ਹੋ ਜਾਵੇਗਾ, ਸਦਾ ਸੁਖੀ ਹੋ ਜਾਵੇਗਾ। ਕਿਉਂਕਿ ਉਹ ਪਰਮੇਸ਼ਵਰ ਦਾ ਨਾਮ ਸਦਾ ਹੀ ਸੁੱਖਾਂ ਨੂੰ ਦੇਣ ਵਾਲਾ, ਉਹ ਸੁੱਖਾਂ ਦਾ ਹਰੇਕ ਜਾਣਦਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ ਗਣਕਾ ਹੁੰਗਾ ਤਪਾ। ਜਿਹਨੂੰ ਜਪ ਕੇ ਪਾਪੀ ਵੀ ਤਰ ਜਾਂਦੇ, ਉਹ ਸਦਾ ਹੀ ਤੇਰੀ ਸਹਾਇਤਾ ਕਰਨ ਵਾਲਾ, ਤੇਰਾ ਸੁਹੇਲਾ, ਤੇਰਾ ਜੀਵਨ ਸੁਹੇਲਾ ਬਣ ਜਾਵੇ। ਕਰ ਕਿਰਪਾ ਪ੍ਰਭ ਮੇਲੇ, ਉਹ ਪਰਮਾਤਮਾ, ਉਹ ਪ੍ਰਭੂ, ਉਸਦਾ ਮਿਲਾਪ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹੁੰਦਾ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ ਮਿਲਾਪ ਕਰਾ ਦਿੱਤਾ। ਕਰ ਕਿਰਪਾ ਪ੍ਰਭ ਮੇਲੇ, ਉਹ ਪਰਮੇਸ਼ਵਰ ਦਾ ਮਿਲਾਪ ਹੋ ਗਿਆ, ਮਿਲ ਗਏ ਪਰਮੇਸ਼ਵਰ। ਹਰ ਗੁਣ ਗਾਵੋ ਸਦਾ ਸੁਪਾਏ, ਸਤਿਗੁਰੂ ਜੀ ਫੁਰਮਾਨ ਕਰਦੇ ਨੇ ਉਸ ਹਰੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਦੇ ਗੁਣਾਂ ਨੂੰ ਸਦਾ ਹੀ ਗਾ ਸੁਭਾਈ, ਉਸ ਨੂੰ ਸਦਾ ਹੀ ਗਾ ਪਰਮੇਸ਼ਵਰ ਦੇ ਗੁਣਾਂ ਨੂੰ ਸਦਾ ਹੀ ਗਾ, ਕੁਝ ਦਿਨ ਗਾ ਕੇ ਛੱਡਣੇ ਨਹੀਂ, ਕਹਿੰਦੇ ਉਸ ਨੂੰ ਸਦਾ ਹੀ ਗਾਓ ਭਾਈ। ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਪਰਮੇਸ਼ਵਰ ਦੀ ਬਾਣੀ ਨੂੰ ਗਾਓ, ਉਸਦੇ ਗੁਣਾਂ ਦਾ ਗਾਇਨ ਕਰ ਸਕਦਾ। ਹਰ ਗੁਣ ਗਾਵੋ ਸਦਾ ਸੁਪਾਏ, ਜੇ ਉਹਦੇ ਗੁਣਾਂ ਨੂੰ ਗਾਵੇਗਾ ਫਿਰ ਕੀ ਮਿਲੇਗਾ। ਗੁਰਦੇਵ ਅੱਗੇ ਫੁਰਮਾਨ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕਹਿ ਸੰਗ ਸਹਾਏ। ਜਿੰਨੇ ਤੇਰੇ ਮਨ ਦੀ ਇੱਛਾਵਾਂ ਨੇ ਸਗਲੇ, ਯਾਨੀ ਸਾਰੇ ਫਲ ਤੈਨੂੰ ਪ੍ਰਾਪਤ ਹੋ ਜਾਣੇ, ਪਾ ਸਕਦਾ ਹੈ। ਅਤੇ ਤੇਰੀ ਜਿੰਦ ਜੀ ਦਾ ਜਿਹੜਾ ਜਿੰਦ ਦਾ ਜਿਹੜਾ ਉਹ ਸਹਾਈ ਸਹਾਇਤਾ ਕਰਨ ਵਾਲਾ ਪਰਮੇਸ਼ੁਰ ਹੈ, ਉਹ ਸਦਾ ਹੀ ਤੇਰੇ ਸੰਗ ਹੋ ਜਾਵੇਗਾ। ਸਾਰੇ ਪਦਾਰਥਾਂ ਨੂੰ ਤੈਨੂੰ ਪ੍ਰਾਪਤੀ ਹੋ ਸਕਦੀ ਹੈ। ਜਿਸ ਤਰ੍ਹਾਂ ਪਵਿੱਤਰ ਬਚਨ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਪੜ੍ਹਦੇ ਨੇ, ਚਾਰ ਪਦਾਰਥ ਜੇ ਕੋ ਮੰਗ, ਸਾਧ ਜਨਾ ਕੇ ਸੇਵਾ ਲਾ।
ਤਾਂ ਜਦੋਂ ਉਸ ਪਰਮੇਸ਼ਵਰ ਉਹਦੇ ਚਰਨਾਂ ਦੇ ਨਾਲ ਜੁੜਿਆ, ਉਹਦੇ ਗੁਣਾਂ ਨੂੰ ਗਾਇਨ ਕੀਤਾ, ਤਾਂ ਸਾਰੇ ਤਰ੍ਹਾਂ ਦੇ ਜਿਹੜੇ ਫਲਾਂ ਦੀ ਪ੍ਰਾਪਤੀ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਬਖਸ਼ਿਸ਼ ਕਰ ਦੇਣਗੇ, ਦੇ ਦੇਣਗੇ, ਤੇਰੇ ਜਿੰਦ ਦੇ ਜਿਹੜੇ ਉਹ ਸਦਾ ਸਹਾਇਤਾ ਕਰਨਗੇ, ਤੇਰੀ ਸਹਾਇਤਾ ਵੀ ਕਰਨਗੇ, ਤੇਰੇ ਮਦਦਗਾਰ ਹੋਣਗੇ। ਰਹਾਓ, ਵਿਸਰਾਮ ਦੇ ਕੇ ਗੁਰਦੇਵ ਸਮਝਾਉਂਦੇ ਨੇ, ਕਿਉਂਕਿ ਰਹਾਓ ਵਾਲੀਆਂ ਜਿਹੜੀਆਂ ਪੰਕਤੀਆਂ ਹੁੰਦੀਆਂ ਨੇ ਉਸਦੇ ਅੰਦਰ ਕੇਂਦਰੀ ਭਾਵ ਸਾਰੇ ਸ਼ਬਦ ਦਾ ਹੁੰਦਾ ਹੈ। ਸਤਿਗੁਰੂ ਜੀ ਨੇ ਇੱਥੇ ਸਮਝਾਇਆ, ਸਾ ਗੁਰਦੇਵ ਅੱਗੇ ਪ੍ਰਮਾਣ ਕਰਦੇ ਨੇ, ਨਾਰਾਇਣ ਪ੍ਰਾਣ ਆਧਾਰਾ, ਇੱਕ ਵਾਰੀ ਪਿਆਰ ਸਹਿਤ ਬੋਲੋ, ਸਤਨਾਮ ਸ੍ਰੀ ਵਾਹਿਗੁਰੂ। ਉਹ ਪਰਮੇਸ਼ਵਰ ਤੇਰੇ ਪ੍ਰਾਣਾਂ ਦਾ ਆਸਰਾ ਹੈ, ਆਧਾਰ ਹੈ, ਆਸਰਾ ਹੈ। ਹੁਣ ਸੰਸਾਰ ਤੋਂ ਕੋਈ ਵਸਤੂ ਮੰਗੇਗਾ, ਉਹ ਵਸਤੂ ਤੇਰੇ ਤੋਂ ਵਾਪਸ ਵੀ ਲੈ ਜਾਵੇਗਾ, ਲੈ ਸਕਦਾ ਹੈ, ਪਰ ਤੇਰੇ ਪ੍ਰਾਣਾਂ ਦਾ ਆਸਰਾ ਤੇ ਦੁਨੀਆਂ ਨਹੀਂ ਬਣਨ ਲੱਗੀ। ਪ੍ਰਾਣਾਂ ਦਾ ਆਧਾਰ ਤੇ ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜਿਨ੍ਹਾਂ ਨੇ ਤੈਨੂੰ ਸਵਾਸ ਅਮੋਲਕ ਸਰੀਰ ਦਿੱਤਾ ਅਤੇ ਅਮੋਲਕ ਸਵਾਸ ਤੈਨੂੰ ਬਖਸ਼ਿਸ਼ ਕੀਤੇ, ਉਹ ਪਰਮੇਸ਼ਵਰ ਤੇਰੇ ਪ੍ਰਾਣਾਂ ਦਾ ਆਧਾਰ ਹੈ। ਹਮ ਸੰਤ ਜਨਾ ਰੇ ਨਾਰਾ, ਹਮ ਅਸੀਂ ਸੰਤ ਜਨ ਜਿਹੜੇ ਨੇ ਰੇ ਨਾਰਾ, ਉਹਨਾਂ ਦੇ ਚਰਨ ਧੂੜੀ ਕਹਿੰਦੇ ਮੈਂ ਬਣ ਗਿਆ। ਪਤਤ ਪੁਨੀਤ ਕਰ ਲੈਨੇ, ਪਤਤ ਕਹਿੰਦੇ ਜੇ ਵਿਕਾਰਾਂ ਦੇ ਵਿੱਚ ਕੋਈ ਡੁੱਬ ਜਾਵੇਗਾ, ਕੋਈ ਆਪਣੇ ਅਕੀਦੇ ਤੋਂ ਡੋਲ ਜਾਵੇ, ਆਪਣੇ ਵਿਕਾਰਾਂ ਦੇ ਵਿੱਚ ਡਿੱਗ ਜਾਵੇ, ਉਹ ਪਾਪ ਕਰਦੇ ਹੋਣ, ਉਹਨੂੰ ਕਹਿੰਦੇ ਨੇ ਪਤਤ। ਉਸ ਪਤਤ ਦੀ ਜੇ ਸੰਸਾਰ ਦੇ ਵਿੱਚ ਵਿਚਰੇ ਤਾਂ ਸੰਸਾਰ ਦੇ ਲੋਕ ਉਹਦੀ ਨਿੰਦਾ ਤੇ ਕਰ ਸਕਦੇ ਨੇ, ਪਰ ਉਸ ਨੂੰ ਪੁਨੀਤ ਨਹੀਂ ਕਰ ਸਕਦੇ। ਪੁਨੀਤ ਤਾਂ ਇੱਕ ਵਾਹਿਗੁਰੂ ਪਰਮੇਸ਼ਵਰ ਅਕਾਲ ਪੁਰਖ ਉਹੀ ਕਰ ਸਕਦਾ ਹੈ। ਪਤਿਤ ਪੁਨੀਤ ਕਰਨ, ਵਿਕਾਰਾਂ ਵਿੱਚ ਡਿੱਗੇ ਹੋਏ ਨੂੰ, ਉਸ ਪਾਪੀ ਮਨੁੱਖ ਨੂੰ ਪੁਨੀਤ ਪਵਿੱਤਰ ਜਿਹੜਾ ਕਰਨ ਵਾਲਾ ਹੈ ਉਹ ਪਰਮੇਸ਼ਵਰ, ਉਹ ਅਕਾਲ ਪੁਰਖ ਜੀ ਨੇ, ਉਹ ਪਰਮੇਸ਼ਵਰ ਜੀ ਉਹਨੂੰ ਫਿਰ ਪੁਨੀਤ ਕਰ ਦਿੰਦੇ। ਕਰ ਕਿਰਪਾ ਹਰ ਜਸ ਦਿਨੇ, ਉਹ ਕਿਰਪਾ ਕਰ ਗਿਆ, ਰਹਿਮਤ ਕਰ ਗਿਆ। ਹਰ ਜਸ ਯਾਨੀ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਸ ਉਹਦੀ ਵਡਿਆਈ ਦੇ ਦਿੰਦੇ ਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਹੈ ਉਹ ਪ੍ਰਤਪਾਲਨਾ ਕਰਦਾ ਫਿਰੇ। ਸਦ ਜੀ ਸੰਗ ਰਖਵਾਲਾ, ਅਤੇ ਇਸ ਦੀ ਜਿੰਦ ਦਾ ਸਦਾ ਜਿਹੜਾ ਉਹ ਰਖਵਾਲਾ ਬਣਦਾ, ਸਦਾ ਹੀ ਰਖਵਾਲਾ। ਇੱਥੇ ਹੀ ਰਖਵਾਲਾ ਨਹੀਂ, ਉਹ ਤਾਂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਪ੍ਰਮਾਣ ਕਰਦੇ, ਇਹ ਲੋਕ ਸੁਖੀ ਹੈ ਪਰਲੋਕ ਸੋਏ, ਇੱਥੇ ਵੀ ਤੇਰੀ ਸਹਾਇਤਾ ਕਰੇਗਾ ਅਤੇ ਪ੍ਰਲੋਕ ਦੇ ਵਿੱਚ ਵੀ ਸਹਾਇਤਾ। ਉਸ ਪਰਮੇਸ਼ਵਰ ਜੀ ਦੇ ਜਦੋਂ ਉਸਦੇ ਨਾਲ ਜਦੋਂ ਉਹ ਪਾ ਲਿਆ, ਜਦੋਂ ਉਹ ਗੁਣਾਂ ਨੂੰ ਗਾ ਕੇ ਪਰਮੇਸ਼ਵਰ ਪੈ ਪ੍ਰਾਪਤ ਹੋ ਗਿਆ, ਫਿਰ ਸਦ ਜੀ ਸੰਗ ਰੱਖੋ, ਫਿਰ ਤੇਰੀ ਰਾਖੀ ਕਰਨ ਵਾਲਾ ਉਹ ਤੇਰਾ ਰਖਵਾਲਾ ਬਣ ਜਾਵੇ। ਹਰ ਦਿਨ ਰਹਿਣ ਕੀਰਤਨ ਗਾਈਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਕਹਿੰਦੇ ਦਿਨ ਅਤੇ ਰਾਤ
ਉਸਦੀ ਕੀਰਤੀ ਕਰ, ਉਸਦਾ ਜਸ ਕਰ, ਉਸਦੇ ਜਿਹੜੇ ਪਰਮੇਸ਼ੁਰ ਦੇ ਗੁਣ ਨੇ ਉਹਨਾਂ ਨੂੰ ਗਾਣਾ ਕਰ। ਜਦੋਂ ਤੂੰ ਇਹੋ ਜਿਹਾ ਕਰੇਗਾ ਫਿਰ ਕੀ ਪ੍ਰਾਪਤ ਹੋਇਆ? ਦਾਤਾ ਜੀ ਕਹਿੰਦੇ ਨੇ ਬਹੁੜ ਨਾ ਜੋਨੀ ਪਾਈਐ ਫਿਰ ਤੈਨੂੰ ਮੁੜ ਮੁੜ ਕੇ ਜਿਹੜਾ ਉਹ ਜੋਨਾਂ ਦੇ ਵਿੱਚ ਭਟਕਣਾ ਨਹੀਂ ਪਵੇਗਾ। ਜੋਨੀਆਂ ਫਿਰ ਧਾਰਨੀ ਨਹੀਂ ਪੈਣੀ, ਜਿਸ ਨੂੰ ਪਵਿੱਤਰ ਬਚਨ ਮਹਾਰਾਜ ਜੀ ਕਰਦੇ ਨੇ ਬਹੁੜ ਹਮ ਕਾਹੇ ਆਵੇਂਗੇ, ਫਿਰ ਪਰਮੇਸ਼ੁਰ ਤੇਰਾ ਆਵਣ ਜਾਣ ਜਿਹੜਾ ਉਹ ਮਿਟਾ ਦੇਣਗੇ, ਜੋਨਾਂ ਦੀ ਭਟਕਣਾ ਤੇਰੀ ਖਤਮ ਕਰ ਦੇਣਾ। ਜਿਸ ਦੇਵ ਪੁਰਖ ਵਿਧਾਤਾ ਉਹ ਸਾਰੀ ਸ੍ਰਿਸ਼ਟੀ ਦਾ ਜਿਹੜਾ ਰਚਨਹਾਰ ਹੈ, ਜਿਸ ਮਨੁੱਖ ਨੂੰ ਉਹ ਇਹ ਦਾਤ ਦਿੰਦਾ, ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਉਹ ਪਰਮੇਸ਼ਵਰ ਅਕਾਲ ਪੁਰਖ ਜਿਸ ਨੂੰ ਬਖਸ਼ਿਸ਼ ਕਰਦਾ ਹੈ, ਜਿਸ 'ਤੇ ਬਖਸ਼ਿਸ਼ ਕਰਦਾ ਹੈ, ਫਿਰ ਕੀ ਹੁੰਦਾ ਹੈ? ਹਰ ਰਸ ਤਿਨ ਹੀ ਜਾਤਾ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਹਰੀ ਰਸ ਨੂੰ ਉਸਨੇ ਜਾਣ ਲਿਆ, ਉਸ ਨੂੰ ਆਨੰਦ ਪ੍ਰਾਪਤ ਹੋ ਗਿਆ, ਉਸ ਨੂੰ ਹਰ ਰਸ ਆ ਗਿਆ। ਨਹੀਂ ਤੇ ਗੁਰਦੇਵ ਪਵਿੱਤਰ ਬਾਣੀ ਦੇ ਅੰਦਰ ਬਚਨ ਕਰਦੇ ਨੇ ਇਹ ਰਸਨਾ ਤੂੰ ਅਨ ਰਸ ਰਾਜ, ਹਰ ਰਸ ਨੂੰ ਛੱਡ ਕੇ ਅਨ ਰਸਾਂ ਦੇ ਵਿੱਚ ਲੱਗੀ ਪਈ ਹੈ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਉਹ ਹਰੀ ਰਸ ਪ੍ਰਾਪਤ ਨਹੀਂ ਹੁੰਦਾ, ਇੰਨਾ ਚਿਰ ਫਿਰ ਅਨਰਸਾਂ ਦੇ ਵਿੱਚ ਵਿਚਰੀ ਜਾਂਦੀ ਹੈ। ਹੋਰ ਰਸਾਂ ਦਾ ਇਹਨੂੰ ਬੜਾ ਪਤਾ ਹੈ, ਬੜੇ ਰਸਾਂ ਨੂੰ ਜਾਣਦਾ ਹੈ, ਕਿਉਂਕਿ ਉਹ ਸਾਰੇ ਅਨਰਸ ਨੇ, ਸੰਸਾਰਕ ਜਿੰਨੇ ਨੇ ਉਹ ਅਨਰਸਾਂ ਨੂੰ ਉਹਨਾਂ ਤੋਂ ਰਾਜ ਰਿਹਾ। ਪਰਿਵਾਰਕ ਰਸਾਂ ਦਾ ਪਤਾ ਹੈ, ਸੱਜਣ ਮਿੱਤਰਾਂ ਦੇ ਰਸਾਂ ਦਾ ਪਤਾ ਹੈ, ਹੋਰ ਰਸਾਂ ਦਾ ਬੜਾ ਪਤਾ ਹੈ, ਪਰ ਹਰੀ ਰਸ ਕਿਸੇ ਵਿਰਲੇ ਨਾ ਜਾਣੇ। ਹਰ ਰਸ ਤਿੰਨ ਹੀ ਜਾਤਾ ਜਿਹਨੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਇਆ। ਆਖਰੀ ਤੁਕਾਂ ਦੇ ਅੰਦਰ ਗੁਰਦੇਵ ਜੀ ਪ੍ਰਮਾਣ ਕਰਦੇ ਨੇ ਜਮ ਕੰਕਰ ਨੇੜ ਨਾ ਆਇਆ, ਜਮ ਉਸਦੇ ਫਿਰ ਨੇੜੇ ਨਹੀਂ ਟੁੱਕਦੇ, ਉਹ ਨੇੜੇ ਆਏ ਨਹੀਂ ਸਕਦੇ, ਕਿਉਂਕਿ ਉਸ ਪਰਮੇਸ਼ਵਰ ਦਾ ਜਿਹੜਾ ਬੰਦਗੀ ਕਰਨ ਵਾਲਾ ਜੀਵ ਹੈ, ਪਵਿੱਤਰ ਬਾਣੀ ਦੇ ਜਦੋਂ ਬਚਨ ਪੜ੍ਹਦੇ ਨੇ ਸੁਣ ਕੇ ਜਮ ਕੇ ਦੋਤ ਨਾਏ ਤੇਰੇ ਛੱਡ ਜਾ, ਉਹ ਨੇੜੇ ਨਹੀਂ ਆ ਸਕਦਾ, ਛੱਡ ਜਾਂਦੇ ਨੇ। ਸਤਿਗੁਰ ਜੀ ਇੱਥੇ ਪ੍ਰਮਾਣ ਕਰਦੇ ਨੇ ਜਮ ਕੰਕਰ ਨੇੜ ਨਾ ਪਾਇਆ, ਸੁਖ ਨਾਨਕ ਸਰਨੀ ਪਾਇਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਚਮ ਗੁਰਦੇਵ ਫੁਰਮਾਨ ਕਰਦੇ ਨੇ, ਕਹਿੰਦੇ ਸੁੱਖ ਕਿੱਥੇ ਨੇ? ਸੁੱਖ ਨਾਨਕ ਸਰਨੀ ਪਾਇਆ, ਸੁੱਖ ਸਰਨ ਦੇ ਵਿੱਚ ਨੇ, ਸੁੱਖ ਚਰਨਾਂ ਦੇ ਵਿੱਚ ਨੇ, ਸੁੱਖ ਉੱਥੇ ਨੇ ਜਦੋਂ ਪਰਮੇਸ਼ਵਰ ਦੇ ਗੁਣਾਂ ਨੂੰ ਗਾਵੇਗਾ, ਫਿਰ ਤੈਨੂੰ ਸੁੱਖ ਹੀ ਸੁੱਖ ਹੀ ਹੈ, ਸਭ ਸਾਰੇ ਸੁੱਖ। ਜਦੋਂ ਪਰਮੇਸ਼ਵਰ ਦੇ ਗੁਣਾਂ ਨੂੰ ਧਾਰਨ ਕਰੇਗਾ, ਉਹਦੇ ਚਰਨਾਂ ਨਾਲ ਜੁੜੇਗਾ, ਗੁਰੂ ਵਾਲਾ ਬਣੇਗਾ, ਗੁਰੂ ਵਾਲਾ ਹੋ ਕੇ ਉਹਦੇ ਨਾਲ ਪਿਆਰ ਸਹਿਤ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜੇਗਾ, ਫਿਰ ਉਹ ਪਰਮੇਸ਼ਵਰ ਦੀ ਪ੍ਰਾਪਤੀ ਜਦੋਂ ਹੋ ਗਈ, ਉਹਦੀ ਚਰਨ ਸਰਨ ਦੇ ਵਿੱਚ ਆ ਗਿਆ, ਉਹਦੇ ਨਾਲ ਜੁੜ ਗਿਆ, ਉਹ ਪਰਮੇਸ਼ਵਰ ਪ੍ਰਾਪਤ ਹੋ ਗਿਆ,
ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਤੈਨੂੰ ਉਹਦੇ ਚਰਨ ਸ਼ਰਨ ਦੇ ਵਿੱਚ ਮਿਲ ਜਾਣੀ। ਸੋ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਅਗੰਮੀ ਬਾਣੀ ਸੱਚੇ ਪਾਤਸ਼ਾਹ ਨੂੰ ਅਗਾਧ ਬੋਧ ਕਹਿਣ ਕਥਨ ਤੋਂ ਬਾਹਰ ਹੈ। ਬੇਅੰਤ ਬੇਅੰਤ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਪ੍ਰਮਾਣ ਕਰਦੇ ਨੇ, ਜੀਵਾ ਏਕ ਕਵਣ ਗੁਣ ਕਹੀ ਹੈ। ਪਾਤਸ਼ਾਹ ਜੀ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਹਨੇ ਲਈ ਹੈ ਸੱਚੇ ਪਾਤਸ਼ਾਹ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ। ਬੜੀਆਂ ਭੁੱਲਾਂ ਹੋ ਜਾਂਦੀਆਂ ਨੇ, ਗੁਰੂ ਕੀ ਸੰਗਤ ਬਖਸ਼ਣੀ ਯੋਗ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭੁੱਲਾਂ ਬਖਸ਼ ਲੈਣਗੇ, ਆਪ ਸੰਗਤ ਨੇ ਭੁੱਲਾਂ ਦੀ ਮੁਆਫ਼ੀ ਦੇ ਦੇਣੀ। ਆਓ ਆਖਰੀ ਤੁਕਾਂ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਨੇ ਪਾਇਆ।